ਬਾਰ ਹੋਏ ਨੇ 12 ਸਾਲ ਦੀ ਉਮਰ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜੋ ਉਸ ਵਕਤ ਲਿਖਿਆ ਮੈਂ ਉਹਨਾਂ ਦੀ ਲਿਖਤ ਮੁਤਾਬਕ ਇਹਨਾਂ ਦਾ ਜੀਵਨ ਆਰੰਭ ਕਰਨ ਲੱਗਾ ਕਹਿਣ ਲੱਗੇ 12 ਸਾਲ ਦੀ ਉਮਰ ਵਿੱਚ ਇਸ ਦਾ ਨਾਮ ਪੂਰਾ ਸੀ ਭਾਈ ਬੂੜਾ 12 ਸਾਲ ਦੀ ਉਮਰ ਵਿੱਚ ਬਾਬਾ ਜੀ ਮੱਝਾਂ ਪਹਿਚਾਰਦੇ ਸਨ ਤੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਇਹਨਾਂ ਨੂੰ ਮਿਲੇ ਨੇ ਕਹਿੰਦੇ ਨੇ ਪਤਾ ਨਹੀਂ ਕੀ ਪੂਰਬਲੇ ਭਾਗ ਜਾਗੇ ਬਾਬਾ ਬੁੱਢਾ ਜੀ ਨੇ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਜੀ ਦੇ ਦਰਸ਼ਨ ਪਾਏ ਆਪ ਜੀ ਨੇ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਉਸ ਵਕਤ ਸਤਿਗੁਰੂ ਕੇ ਬਚਨ ਸੁਣ ਕੇ ਗੁਰੂ ਕੀ ਬਾਣੀ ਸੁਣ ਕੇ ਦੁੱਧ ਲਿਆ ਕੇ ਵੀ ਭੇਟ ਕੀਤਾ ਤੇ ਚਰਨ ਪਕੜ ਕੇ ਕਿਹਾ ਬਾਬਾ ਇੱਕ ਕਿਰਪਾ ਕਰ ਤੇਰੇ ਚਿਹਰੇ ਨੂੰ ਦਰਸ਼ਨ ਕੀਤਿਆਂ ਸੁੱਖ ਮਿਲਿਆ ਤੇਰੇ ਬਚਨ ਸੁਣਿਆ ਅੰਦਰ ਨੂੰ ਸਕੂਨ ਮਿਲਿਆ ਕੋਈ ਇਹੋ ਜਿਹਾ ਸ਼ਬਦ ਇਹੋ ਜਿਹਾ ਬਚਨ ਮੈਨੂੰ ਸੁਣਾ ਦੇ ਮੇਰਾ ਜਨਮ ਮਰਨ ਕੱਟਿਆ ਜਾਏ ਕਹਿੰਦੇ ਨੇ ਉਸ ਵਕਤ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਨੇ ਪਰਖਿਆ ਤੇ ਕਹਿਣ ਲੱਗੇ ਪੁੱਤਰ ਅਜੇ ਤਾਂ ਉਮਰ ਤੇਰੀ ਖਾਣ ਪੀਣ ਦੀ ਏ ਅਜੇ ਉਮਰ ਤਾਂ ਤੇਰੀ ਹੱਸਣ ਖੇਡਣ ਦੀ ਏ ਤੈਨੂੰ ਕਿਵੇਂ ਇਹ ਸੋਚ ਪੈ ਗਈ ਕਿ ਜਨਮ ਮਰਨ ਕੱਟਿਆ ਜਾਏ ਅਜੇ ਤਾਂ ਜਵਾਨੀ ਬੁਢੇਪਾ ਆਉਣਾ ਤੇ 12 ਸਾਲ ਦੀ ਉਮਰ ਵਿੱਚ ਭਾਈ ਬੂੜੇ ਦਾ ਉੱਤਰ ਸੀ ਬਾਬਾ ਮੌਤ ਦਾ ਕੋਈ ਪਤਾ ਨਹੀਂ ਹੂੰ ਇਹਨੇ ਜਵਾਨੀ ਆਉਣ ਤੋਂ ਪਹਿਲੇ ਬੂੜੇ ਨੂੰ ਲੈ ਜਾਣ ਮੌਤ ਦਾ ਕੋਈ ਭਰੋਸਾ ਨਹੀਂ ਭਾਈ ਮਨੀ ਸਿੰਘ ਲਿਖਦੇ ਨੇ ਹਜ਼ੂਰ ਨੇ ਫਿਰ ਕਿਹਾ ਕਹਿਣ ਲੱਗੇ ਬੇਟਾ ਇੱਕ ਤਾਂ ਤੂੰ ਬੜੀ ਰਮਜ਼ ਭਰੀ ਬਾਤ ਕੀਤੀ ਜਨਮ ਮਰਨ ਕੱਟੋ ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਮੌਤ ਜਿਹੜੀ ਏ ਇਹ ਜਵਾਨੀ ਵਿੱਚ ਵੀ ਆ ਸਕਦੀ ਏ ਬਚਪਨ ਵਿੱਚ ਵੀ ਆ ਸਕਦੀ ਏ ਤੇ ਉਸ ਵਕਤ ਭਾਈ ਬੂੜੇ ਨੇ ਬਚਨ ਸੁਣਾਇਆ ਕਹਿਣ ਲੱਗਾ ਬਾਬਾ ਇੱਕ ਸਾਲ ਪਹਿਲਾਂ ਦੀ ਗੱਲ ਏ ਆਪਣੇ ਬਾਪੂ ਨਾਲ ਖੇਤਾਂ ਵਿੱਚ ਗਿਆ ਵਾਂ ਜ਼ਿਮੀਂਦਾਰਾ ਕਰਨੇ ਹਾਂ ਤੇ ਉਸ ਵਕਤ ਹਾਕਮਾਂ ਦੇ ਘੋੜੇ ਆਏ ਨੇ ਸਾਡੀ ਕੁਝ ਫਸਲ ਅਜੇ ਜ਼ਮੀਨ ਵਿੱਚੋਂ ਨਿਕਲਦੀ ਪਈ ਸੀ ਕੁਝ ਜ਼ਮੀਨ ਵਿੱਚੋਂ ਨਿਕਲ ਕੇ ਡੱਡਰੀ ਅੱਧੀ ਕੱਚੀ ਤੇ ਅੱਗੀ ਅੱਧੀ ਪੱਕੀ ਸੀ ਕੁਝ ਫਸਲ ਪੱਕ ਚੁੱਕੀ ਸੀ ਹਾਕਮਾਂ ਦੇ ਘੋੜਿਆਂ ਨੇ ਸਾਰੀ ਫਸਲ ਨੂੰ ਜੰਮਦੀ ਹੋਈ ਨੂੰ ਵੀ ਡੱਡਰੀ ਨੂੰ ਵੀ ਪੱਕੀ ਨੂੰ ਵੀ ਇੱਕ ਵੱਡੇ ਤੋਂ ਸਾਰੀ ਨੂੰ ਉਜਾੜ ਕੇ ਰੱਖ ਦਿੱਤਾ ਤੇ ਉਦਣ ਦੀ ਮਨ ਵਿੱਚ ਆਵਾਜ਼ ਆਈ ਬੂੜਿਆ ਇਹ ਤਾਂ ਹਾਕਮ ਨੇ ਇਹਨਾਂ ਦੇ ਘੋੜੇ ਖੇਤ ਵਿੱਚ ਜੰਮਦੀ ਹੋਈ ਫਸਲ ਨੂੰ ਡੱਡਰੀ ਹੋਈ ਫਸਲ ਨੂੰ ਪੱਕੀ ਹੋਈ ਫਸਲ ਨੂੰ ਤਬਾਹ ਕਰ ਸਕਦੇ ਨੇ ਮੌਤ ਤਾਂ ਬੜੀ ਬਲਵਾਨ ਏ ਹੋ ਸਕਦਾ ਕਿ ਮੇਰੀ ਕੱਚੀ ਫਸਲ ਮੈਨੂੰ ਬਚਪਨ ਵਿੱਚ ਲੈ ਜਾਏ ਹੋ ਸਕਦਾ ਮੈਨੂੰ ਡੱਡਰਿਆਂ ਜਵਾਨੀ ਵਿੱਚ ਲੈ ਜਾਏ ਪਰ ਬਾਬਾ ਬੁਢੇਪੇ ਤੋਂ ਬਾਅਦ ਤਾਂ ਮੌਤ ਅਵਸ਼ ਏ ਇਸ ਕਰਕੇ ਉਦਣ ਦਾ ਸਮਝਣਾ ਵਾ ਕੋਈ ਐਸਾ ਮਿਲ ਜਾਏ ਜਿਹੜਾ ਕੋਈ ਪਿਆਰੇ ਪ੍ਰਭੂ ਦੀ ਬਾਤ ਸੁਣਾ ਕੇ ਮੈਨੂੰ ਉਸ ਪਿਆਰੇ ਪਰਮੇਸ਼ਵਰ ਦੇ ਚਰਨਾਂ ਨਾਲ ਜੋੜ ਕੇ ਮੌਤ ਦਾ ਭੈ ਦੂਰ ਕਰ ਦੇ ਜਦੋਂ ਭਾਈ ਬੂੜੇ ਨੇ ਇੰਨੇ ਬਚਨ ਕਹਿ ਭਾਈ ਮਨੀ ਸਿੰਘ ਲਿਖਦੇ ਨੇ ਉਸ ਵਕਤ ਹਜ਼ੂਰ ਨੇ ਕੁੱਟ ਛਾਤੀ ਨਾਲ ਲਾਇਆ ਤੇ ਨਾਲ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਪੁੱਤਰ ਉਮਰ ਤੇਰੀ ਬੱਚਿਆਂ ਵਾਲੀ ਏ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ 1500 ਤੇ 18 ਸਨ ਤੋਂ ਇਸ ਬੱਚੇ ਦਾ ਨਾਮ ਪੈ ਗਿਆ ਸੀ ਬਾਬਾ ਬੁੱਢਾ ਜੀ।